ਪੰਜਾਬੀ ਗੇਮ ਵਿੱਚ ਤੁਹਾਡਾ ਜੀ ਆਇਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਬੈਟਮੈਨ ਦੀ ਨਵੀਂ ਗੇਮ ਦੇ ਟ੍ਰੇਲਰ ਬਾਰੇ। 5 ਸਾਲ ਬਾਅਦ ਬੈਟਮੈਨ ਦੀ ਗੇਮ ਦਾ ਟ੍ਰੇਲਰ ਆਇਆ ਔਰ ਨਾ ਪਤਾ ਗੇਮਸ ਮੋਂਟਰੀਅਲ ਦੀ ਤਾਂ 7 ਸਾਲ ਬਾਅਦ ਕੋਈ ਪਹਿਲੀ ਗੇਮ ਆ ਰਹੀ। ਲਾਸਟ ਗੇਮ ਆਰਕਮ ਨਾਈਟ 2015 ਵਿੱਚ ਬੈਟਮੈਨ ਦੀ ਗੇਮ ਦਾ ਤਾਂ ਸਾਰਿਆਂ ਨੇ ਇੰਤਜ਼ਾਰ ਸੀ। ਬੈਟਮੈਨ ਦੀ ਗੇਮ ਤਾਂ ਸਾਰੇ ਜਾਣੇ ਬਹੁਤ ਪਸੰਦ ਕਰਦੇ ਆ। ਟ੍ਰੇਲਰ ਦੇਖਣ ਵਿੱਚ ਬੜਾ ਸ਼ਾਨਦਾਰ ਲੱਗਣ ਡਿਆ। ਟ੍ਰੇਲਰ ਬੜਾ ਸ਼ਾਨਦਾਰ ਹੈ। ਕਿਹਾ ਜਾ ਰਿਹਾ ਕਿ ਗੌਤਮ ਸਿਟੀ 'ਚ ਬਹੁਤ ਵੱਡਾ ਧਮਾਕਾ ਹੋਇਆ। ਟ੍ਰੇਲਰ ਦੇ ਸ਼ੁਰੂ ਵਿੱਚ ਕਿਹਾ ਜਾ ਰਿਹਾ ਕਿ ਬਿਲਡਿੰਗ ਡਿੱਗੀ ਹੈ ਅਤੇ ਬਿਲੀਅਨੇਅਰ ਬਰੂਸ ਵੇਨ ਦੀ ਡੈਥ ਹੋ ਗਈ ਹੈ ਇਸ ਵਿੱਚ। ਇਹ ਰੈੱਡ ਹੋਟ ਹੈ, ਥੋੜ੍ਹਾ ਟੈਂਸ਼ਨ ਵਿੱਚ ਲੱਗਦਾ ਹੈ। ਮੋਬਾਇਲ 'ਤੇ ਪਤਾ ਨਹੀਂ ਕੀ ਦੇਖ ਰਿਹਾ ਹੈ। ਮੋਬਾਇਲ 'ਤੇ ਮੈਸੇਜ ਤਾਂ ਬਲੈਕ ਕੋਟ ਦਾ ਹੈ। ਫੋਨ ਦੇ ਲੋਗੋ ਤੋਂ ਲੱਗ ਰਿਹਾ ਕਿ ਇਹ ਬੈਟਮੈਨ ਦਾ ਮੈਸੇਜ ਹੈ। ਬੈਟਮੈਨ ਨੇ ਕੋਈ ਸੀਕਰਟ ਮੈਸੇਜ ਭੇਜਿਆ ਹੋਇਆ ਹੈ। ਬੈਟਮੈਨ ਨੇ ਸਭ ਨੂੰ ਸਾਂਝਾ ਮੈਸੇਜ ਭੇਜਿਆ। ਟ੍ਰੇਲਰ ਦੇ ਸ਼ੁਰੂ ਵਿੱਚ ਬੈਟਮੈਨ ਦੱਸਦਾ ਹੈ, ਅਗਰ ਤੁਹਾਨੂੰ ਮੇਰਾ ਇਹ ਮੈਸੇਜ ਮਿਲ ਰਿਹਾ ਇਸਦਾ ਮਤਲਬ ਮੇਰੀ ਮੌਤ ਹੋ ਚੁੱਕੀ ਹੈ, ਮੀਨਸ ਬੈਟਮੈਨ ਇਜ਼ ਡੈਡ। ਕਹਿੰਦਾ ਮੈਸੇਜ ਆਟੋਮੈਟਿਕ ਆਪਣੇ ਆਪ ਪ੍ਰਸਾਰਿਤ ਹੋ ਰਿਹਾ ਹੈ। ਇਹ ਕੈਟਵੂਮਨ ਹੈ, ਉਹ ਕਹਿ ਰਿਹਾ ਕਿ ਵਿਲਨ ਥੋੜ੍ਹਾ ਚਿਰ ਹੀ ਲੱਗੇਗਾ ਪਤਾ ਲੱਗਣ ਕਿ ਬੈਟਮੈਨ ਦੀ ਡੈਥ ਹੋ ਗਈ। And you can't count on the GCPD. Gordon ਦੀ ਵੀ ਡੈਥ ਹੋ ਚੁੱਕੀ ਹੈ ਸਰ। ਨਾਈਟਵਿੰਗ ਚੰਗੀ ਤਿਆਰੀ ਕਰ ਰਿਹਾ ਲੜਨ ਦੀ। ਉਹ ਕਹਿੰਦਾ ਗੌਤਮ ਨੂੰ ਪ੍ਰੋਟੈਕਟਰ ਦੀ ਲੋੜ ਹੈ। I'm leaving you the Belfast. ਨਾਈਟਵਿੰਗ ਹੈ ਜੋ ਕਿ ਪ੍ਰੈਕਟਿਸ ਕਰ ਰਿਹਾ ਹੈ। Some of the technology is outdated. ਉਹ ਕਹਿ ਰਿਹਾ ਕਿ ਟੈਕਨੋਲੋਜੀ ਥੋੜੀ ਆਊਟਡੇਟਡ ਹੈ। ਉਸ ਵਿੱਚ ਗੇਅਰ ਹਨ ਜੋ ਕਿ ਉਸ ਨੂੰ ਅਪਡੇਟ ਕਰ ਸਕਦੇ ਹਨ। Always had my back when I needed you. ਉਹ ਕਹਿੰਦਾ ਮੈਨੂੰ ਲੱਗਦਾ ਤੁਸੀਂ ਗੌਤਮ ਨੂੰ ਸੇਫ ਰੱਖੋ। Gotham safe. Good luck. ਬੱਚੋ ਕਹਿੰਦਾ ਗੁੱਡ ਲੱਕ, ਗੁੱਡ ਬਾਏ। ਇਹ ਸਾਰੇ ਜਣੇ ਲੜਨ ਲਈ ਤਿਆਰ ਹੋਣ ਡਏ ਨੇ। ਵਾਹ, ਲੱਗਦਾ ਚਾਰ ਜਣੇ ਮਿਲ ਕੇ ਲੜਨਗੇ ਇਸ ਵਿੱਚ। ਚਾਰ ਜਣੇ ਬੜੇ ਨਾਚ ਲੱਗਣ ਡਏ ਇਸ ਗੇਮ ਵਿੱਚ। ਇਹ ਗੌਤਮ ਸਿਟੀ ਦਾ ਮੈਪ ਹੈ। ਇਹ ਆ ਗਿਆ ਹੈ ਰੋਬਿਨ। ਗੁੰਡਿਆਂ ਨੂੰ ਚੰਗੀ ਤਰ੍ਹਾਂ ਸਤਿਕਾਰ। ਕੈਟਵੂਮਨ ਦਾ ਸਟਾਈਲ ਵੀ ਨਾਈਸ ਲੱਗਣ ਡਿਆ। ਕੈਟਵੂਮਨ ਨੇ ਚੱਕ ਲਿਆ ਬੰਦੇ ਨੂੰ ਉੱਪਰ ਨੂੰ। ਹਮੇਸ਼ਾ ਸਟਿੱਕ ਨਾਲ ਲੜਦੇ ਹਾਂ। ਨਾਈਟਵਿੰਗ ਨੇ ਤਾਂ ਨੇਰੀਆਂ ਲਿਆ ਤੀਆਂ ਇਸ ਵਿੱਚ। ਟੂਡ ਐਂਟਰੀ ਬੜੀ ਸ਼ਾਨਦਾਰ। ਇਸਦਾ ਫਾਈਟਿੰਗ ਸਟਾਈਲ ਬੜਾ ਸ਼ਾਨਦਾਰ ਲੱਗਣ ਡਿਆ ਇਸ ਗੇਮ ਵਿੱਚ। ਗੋਲੀਆਂ ਚਲਾਉਣੀਆਂ ਨੇ ਜੱਟ ਬੰਦੇ। ਇਹਦਾ ਸਟਾਈਲ ਹੀ ਬੜਾ ਵੱਖਰਾ ਹੈ, ਬੰਦੇ ਬੜੇ ਵਧੀਆ ਚੱਕ ਕੇ ਮਾਰਦਾ। ਨਾਈਸ ਸੈਟ ਨਹੀਂ ਹੈ ਨਾਈਟਵਿੰਗ ਦੀ ਅਤੇ ਬੈਟਮੈਨ ਦੀ। ਤਾਂ ਗੇਮਸ ਮੋਂਟਰੀਅਲ ਨੇ ਬਹੁਤ ਸੋਹਣੀ ਗੇਮ ਬਣਾਈ। ਫਾਈਟਿੰਗ ਸਟਾਈਲ ਬੜਾ ਘੈਂਟ ਲੱਗਦਾ ਇਹਦਾ। ਬਹੁਤ ਸ਼ਾਨਦਾਰ ਹੈ ਇਸ ਗੇਮ ਦੀ। ਇਸ ਵਿੱਚ ਤਾਂ ਗਾਇਬ ਹੋਣ ਦੀ ਸ਼ਕਤੀ ਵੀ ਹੈ। ਮੋਬਾਈਲ ਸੀ, ਇਸ ਵਿੱਚ ਬੈਟ ਬਾਈਕ ਹੈ। ਦੇਖਣ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ। ਬੈਟ ਬਾਈਕ ਚਲਾਉਣ ਦਾ ਤਾਂ ਮਜ਼ਾ ਹੀ ਆ ਰਿਹਾ। ਇਹ ਆ ਗਿਆ ਗੇਮ ਦਾ ਨੇਮ ਜੋ ਕਿ ਹੈ ਗੌਤਮ ਨਾਈਟ। ਇਹ ਹੈ ਕੋਰਟ ਆਫ ਓਇਲ, ਪੰਜਾਬੀ ਵਿੱਚ ਕਹਿ ਸਕਦੇ ਹਾਂ ਉੱਲੂਆਂ ਦੀ ਗੈਂਗ। ਇਸ ਗੇਮ ਦੇ ਮੇਨ ਵਿਲਨ ਹਨ। ਜੇ ਕੋਈ ਵੀ ਇਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਸਨੂੰ ਗੈਪ ਕਰ ਦਿੰਦਾ। ਇਹ ਹੈ ਕੋਰਟ ਆਫ ਓਇਲ ਦਾ ਮਾਲ। ਕੋਈ ਵੀ ਇਹਨਾਂ ਦੇ ਬਾਰੇ ਜਾਣਦਾ ਨਹੀਂ ਹੈ ਤਾਂ ਇਹ ਉਸਨੂੰ ਗੈਪ ਕਰ ਦਿੰਦਾ। ਲੱਗਦਾ ਗੈਪ ਕਰਕੇ ਇੱਥੇ ਟੰਗਦੇ ਹਨ। ਇਹ ਇਹਨਾਂ ਦਾ ਮੇਨ ਬੋਸ ਲੱਗ ਰਿਹਾ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ। ਪਸੰਦ ਆਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਕਰ ਦੇਣਾ। ਧੰਨਵਾਦ।